ਬਿਜ਼ਨਸ ਪੰਜਾਬ ਦੀ ਵੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਚਰਚਾ ਦਾ ਮੁੱਦਾ ਇਸ ਵਕਤ ਹੈ ਜੀ ਪੰਜਾਬ ਯੂਨੀਵਰਸਿਟੀ ਇੱਕ ਵਾਰ ਫਿਰ ਚਰਚਾ ਵਿੱਚ ਹੈ ਖਾਸ ਕਰਕੇ ਪੰਜਾਬ ਦੇ ਰਾਜ ਸਭਾ ਮੈਂਬਰ ਚਰਚਾ ਵਿੱਚ ਨੇ ਲਗਾਤਾਰ ਉਹਨਾਂ ਮਸਲਿਆਂ ਦੇ ਉੱਤੇ ਪੰਜਾਬ ਦੇ ਮੁੱਦਿਆਂ ਤੇ ਸਵਾਲ ਵੀ ਖੜੇ ਕਰ ਰਹੇ ਨੇ ਸੋ ਤਿਆਰ ਹੋ ਕੇ ਹਰ ਮੁੱਦੇ ਤੇ ਗੱਲ ਕਰਦੇ ਨੇ ਉਹਨਾਂ ਦੇ ਵਿੱਚ ਹੁਣ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਇੱਕ ਵਾਰ ਫਿਰ ਪੱਖਿਆ ਤੇ ਕੇਂਦਰ ਵੱਲੋਂ ਜਵਾਬ ਵੀ ਆਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀਕਰਨ ਨਹੀਂ ਕਰਾਂਗੇ ਕੇਂਦਰ ਯੂਨੀਵਰਸਿਟੀ ਨਹੀਂ ਬਣਾਵਾਂਗੇ ਪਰ ਅਜੇ ਵੀ ਖਲਸੇ ਖੜੇ ਨੇ ਉਹਦੇ ਵੀ ਸ਼ੰਕੇ ਖੜੇ ਨੇ ਤੇ ਉਹਨਾਂ ਸ਼ੰਕਿਆਂ ਨੂੰ ਲੈ ਕੇ ਉਹਨਾਂ ਖਲਸਿਆਂ ਨੂੰ ਲੈ ਕੇ ਜਿੱਥੇ ਚਰਚਾ ਹੋਣੀ ਬਣਦੀ ਆ ਉੱਥੇ ਹੀ ਪੰਜਾਬ ਦੀ ਇੱਕੋ ਇੱਕ ਲੋਕਾਂ ਨੂੰ ਰਾਹਤ ਦੇਣ ਵਾਲੀ ਹਸਲਾਂ ਦੇ ਵਿੱਚ ਇਲਾਜ ਦੇਣ ਵਾਲੀ ਆਯੂਸ਼ਮਨ ਯੋਜਨਾ ਕਹਿੰਦੇ ਦਮ ਤੋੜ ਗਈ ਆ ਤੇ ਉਸ ਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਹੋਰਾਂ ਨੇ ਦਮ ਪਰਿਆ ਕਿ ਨਹੀਂ ਅਸੀਂ ਫੰਡ ਜਾਰੀ ਕਰ ਦਿੱਤੇ ਨੇ ਪਰ ਕੀ ਆ ਮਾਮਲਾ ਇਹਦੇ ਦੀ ਕੀ ਕੈਪਟਨ ਸਰਕਾਰ ਚੰਨੀ ਸਰਕਾਰ ਜ਼ਿੰਮੇਵਾਰ ਹੈ ਜਾਂ ਮੌਜੂਦਾ ਸਰਕਾਰ ਨੇ ਵੀ ਕੋਈ ਅੰਗਲੀ ਕੀਤੀ ਹੈ ਇਹਨਾਂ ਸਾਰੇ ਪਹਿਲਾਂ ਉਹ ਚਰਚਾ ਕਰਨਗੇ ਚਰਚਾ ਕਰਨੀ ਸੀ ਨੇ ਪੱਤਰਕਾਰ ਇੰਦਰਪ੍ਰੀਤ ਜੀ ਸਾਡੇ ਨਾਲ ਨੇ ਭਾਜੀ ਸਵਾਗਤ ਕਰਦੇ ਥੈਂਕ ਯੂ ਭਾਜੀ ਮਾਯੂਸ਼ਮਾਨ ਯੋਜਨਾ ਤੋਂ ਸ਼ੁਰੂ ਕਰਨਾ ਚਾਹੁੰਨਾ ਗੱਲ ਕਹਿੰਦੇ ਕਿ 60% ਕੇਂਦਰ ਦਾ ਯੋਗਦਾਨ ਹੁੰਦਾ 40% ਪੰਜਾਬ ਦਾ ਹੁੰਦਾ ਤੇ ਕਹਿੰਦੇ ਅਗਸਤ ਤੱਕ ਚੱਲਣੀ ਸੀ 19 ਅਗਸਤ ਤੱਕ ਪਰ ਪਹਿਲਾਂ ਹੀ ਪਗੋੜੇ ਹੋ ਗਏ ਸੋ ਇਹ ਦੇ ਲਈ ਹੁਣ ਕੀ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਰਹੀਆਂ ਜਾਂ ਹੁਣ ਵਾਲੀ ਸਰਕਾਰ ਨੇ ਵੀ ਕੋਈ ਅੰਗੈਲੀ ਕੀਤੀ ਆ ਪਰ ਉਹਦਾ ਨੁਕਸਾਨ ਕੁੱਲ ਮਿਲਾ ਕੇ ਪੰਜਾਬ ਵਾਸੀਆਂ ਨੂੰ ਹੋ ਰਿਹਾ ਜਿਹੜੇ ਲੋਕ ਪੀਜੀਆਈ ਤੱਕ ਆ ਕੇ ਰਾਜਨੀ ਕਰਾ ਪਰ ਇਹ ਸਾਰੀ ਯੋਜਨਾ ਦੀ ਇਸ ਤਰ੍ਹਾਂ ਦਮ ਤੋੜਨ ਦਾ ਕਾਰਨ ਕੀ ਹੈ ਦੇਖੋ ਮਤਲਬ ਜੇ ਤੁਸੀਂ ਕਹੋ ਕਿ ਇਹ ਯੋਜਨਾ ਜਿਹੜੀ ਹੈਗੀ ਹੈ ਉੰਜ ਤਾਂ ਵੈਸੇ ਆਪਾਂ ਮੋਦੀ ਸਰਕਾਰ ਦਾ ਬਹੁਤ ਵਿਰੋਧ ਕਰਦੇ ਰਹਿੰਦੇ ਆ ਲੇਕਿਨ ਕਈ ਵਾਰੀ ਉਹਦੇ ਵਿੱਚ ਕਈ ਚੰਗੀਆਂ ਯੋਜਨਾਵਾਂ ਵੀ ਰੁੱਲ ਜਾਂਦੀਆਂ ਨੇ ਜਿਹੜਾ ਵਿਰੋਧ ਹੁੰਦਾ ਮੈਂ ਤੈਨੂੰ ਇਸ ਕਰਕੇ ਕਹਿ ਰਿਹਾ ਕਿ ਵਿਰੋਧ ਦੇ ਵਿੱਚ ਕਈ ਚੰਗੀਆਂ ਯੋਜਨਾਵਾਂ ਰੁੱਲ ਜਾਂਦੀਆਂ ਜਿਸ ਤੋਂ ਇੱਕ ਇਹ ਆਯੁਸ਼ਮਨ ਯੋਜਨਾ ਸੀ ਆ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਮਤਲਬ 5 ਲੱਖ ਰੁਪਏ ਤੱਕ ਦਾ ਜਿਹੜਾ ਹੈਗਾ ਇਲਾਜ ਜਿਹੜਾ ਹੈਗਾ ਉਹ ਗਵਰਨਮੈਂਟ ਹਸਪੀਟਲ ਪ੍ਰਾਈਵੇਟ ਹਸਪੀਟਲ ਜਿਹੜੇ ਵੀ ਇੰਪੈਨਲ ਹੋਣਗੇ ਉਹਨਾਂ ਨਾਲ ਉਹਨਾਂ ਨਾਲ ਕਰਾਣ ਦੇ ਯੋਗ ਹਰ ਵਿਅਕਤੀ ਹੋ ਜਾਏਗਾ ਇਹ ਬਹੁਤ ਅੱਛੀ ਯੋਜਨਾ ਸੀ ਖਾਸ ਤੌਰ ਤੇ ਇਸ ਪੱਖੋਂ ਮੈਂ ਇਹਨੂੰ ਚੰਗੀ ਇਸ ਕਹਿੰਦਾ ਕਿਉਂਕਿ ਜਦੋਂ ਵੀ ਆਪਾਂ ਖਾਸ ਤੌਰ ਤੇ ਬੀਮਾ ਯੋਜਨਾ ਦੀ ਕਿਸੇ ਦੀ ਗੱਲ ਕਰਦੇ ਨਾ ਤਾਂ ਉਦੋਂ ਸਿੱਧਾ-ਸਿੱਧਾ ਜਿਹੜਾ ਹੈਗਾ ਨਾ ਉਹ ਚਲਾ ਜਾਂਦਾ ਕਿ ਵੀ ਸਾਰਾ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਫੰਡ ਦੇਣ ਦੀ ਪ੍ਰੀਮੀਅਰ ਜਾਣਾ ਹਾਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਉਧਰ ਹੀ ਜਾਏਗਾ ਪਰ ਇਹਦੇ ਚ ਬਹੁਤ ਸਾਰਾ ਪੈਸਾ ਗਵਰਨਮੈਂਟ ਹਸਪੀਟਲਾਂ ਨੂੰ ਵੀ ਆਉਂਦਾ ਹੈ ਅਲਦੋ ਅਗਰ ਵੈਸੇ ਅਸੀਂ ਦੇਖੀਏ ਜੇ ਤੁਸੀਂ ਵੈਸੇ ਇਲਾਜ ਕਰਾਣਾ ਹੋਵੇ ਸਰਕਾਰੀ ਹਸਪਤਾਲਾਂ ਚ ਤਾਂ ਉੱਤੇ ਕੀ 10 ਰੁਪਏ ਫੀਸ ਆ ਜਾਂ ਦਵਾਈਆਂ ਮੁਫਤੀ ਨੇ ਤਾਂ ਹਸਪਤਾਲ ਨੂੰ ਉਸ ਪੱਖੋਂ ਕੁਝ ਨਹੀਂ ਬਣਦਾ ਪਰ ਜੇ ਤੁਸੀਂ ਯੋਜਨਾ ਦੇ ਥਰੂ ਇਲਾਜ ਕਰਾ ਲਓ ਤਾਂ ਫਿਰ ਪੂਰੇ ਪੈਸੇ ਲੈ ਦੇਣੇ ਬਣਦੇ ਆ ਤਾਂ ਉਹ ਪੈਸਾ ਫਿਰ ਸਰਕਾਰ ਹਸਪਤਾਲ ਨੂੰ ਆਂਦਾ ਹੈ ਤੇ ਇਹਦਾ ਇੱਕ ਪੋਜ਼ਿਟਿਵ ਪਹਿਲੂ ਇਹ ਸੀ ਹੁਣ ਆ ਗਿਆ ਸੀ ਵੀ ਕੀ ਇੱਥੇ ਤਾਂ ਸੀ ਵੀ ਹੁਣ ਜੇ ਸਰਕਾਰ ਵੀ ਆਪਣੇ ਹਸਪੀਟਲ ਪ੍ਰਾਈਵੇਟ ਵਾਂਗੂ ਕਰ ਲੇ ਹਾਂ ਤਾਂ ਜਿੰਨਾ ਪੈਸਾ ਉਹਨਾਂ ਨੂੰ ਜਾਣਾ ਉਸ ਤੋਂ ਜ਼ਿਆਦਾ ਪੈਸਾ ਫਿਰ ਇਹਨਾਂ ਨੂੰ ਆਵੇ ਉਸ ਦੇ ਵਿੱਚ ਜਿਵੇਂ ਹੁਣ ਮੈਂ ਤਾਂ ਇਹਨਾਂ ਦੀ ਪੜ ਰਿਹਾ ਸੀਗਾ ਕਿ ਜੀ 16 ਕਰੋੜ ਰੁਪਇਆ ਪੀਜੀਆਈ ਨੂੰ ਨਹੀਂ ਗਿਆ ਦੇਖੋ 16 ਕਰੋੜ ਰੁਪਇਆ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ 260 ਕਰੋੜ ਦੇ ਕਰੀਬ ਪੰਜਾਬ ਦੇ ਪ੍ਰਾਈਵੇਟ ਹਸਪਤਾਲ ਹਾਂ ਮੈਂ ਉਹੀ ਗੱਲ ਕਰ ਰਿਹਾ ਵੀ ਜੇ ਪੀਜੀਆਈ ਵਰਕੇ ਹਸਪੀਟਲ ਕਾਲਜ 16 ਕਰੋੜ ਰੁਪਇਆ ਆ ਰਿਹਾ ਜਿਹਦੇ ਕੀ ਰੇਟ ਸਭ ਤੋਂ ਜ਼ਿਆਦਾ ਡਾਊਨ ਹੁੰਦੇ ਆ ਮਤਲਬ ਆਪਾ ਜੀ ਉਹਨਾਂ ਕਰਾਉਣਿਆਂ ਚਾਏ ਕੋਈ ਹਾਂ ਜੇ ਗੁਣਾ ਗੁਣਾਤਮਕ ਪੱਖੋਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਰੇਟ ਡਾਊਨ ਜਿਹੜੇ ਹੈਗੇ ਨੇ ਉਹ ਪੀਜੀਆਈ ਦੇ ਨੇ ਔਰ ਪੀਜੀਆਈ ਵਰਗੇ ਇੰਸਟੀਚਿਊਸ਼ਨ ਕੋ ਨੂੰ ਜੇ 16 ਕਰੋੜ ਰੁਪਏ ਸਰਕਾਰ ਨਹੀਂ ਦੇ ਰਹੀ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਕੋਈ ਹੋਰ ਨਹੀਂ ਹੋਣੀ ਜਿੱਦਿ ਉਹ ਉਹ ਵੀ ਉਦੋਂ ਜਦੋਂ ਖੁਦ ਇੱਕ ਦਿਨ ਪਹਿਲਾਂ ਮਤਲਬ ਜਿਹੜਾ ਵਿੱਤ ਮੰਤਰੀ ਇਹ ਦਮ ਪਰ ਰਹੇ ਹੋਣ ਕਿ ਇਹ ਸਾਨੂੰ ਇਥੋਂ ਵੀ ਇੰਨੇ ਕਰੋੜ ਰੁਪਏ ਆ ਗਏ ਇਥੋਂ ਵੀ ਇੰਨੇ ਕਰੋੜ ਰੁਪਏ ਆ ਗਏ ਆਮਦਨ ਵਾ ਵਧ ਗਈ ਆਮਦਨ ਬਹੁਤ ਅਸੀਂ ਵਧਾ ਲਈ ਖਰਚੇ ਅਸੀਂ ਬਹੁਤ ਘਟਾ ਲਏ ਕਰਜ਼ੇ ਅਸੀਂ ਬਹੁਤ ਮੋੜਤੇ ਤਾਂ ਜਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਕਰਦੇ ਹੋ ਉਹਨਾਂ ਸਾਰੀਆਂ ਦੇ ਵਿੱਚ ਜੇ ਸਿੰਪਲ ਇੰਨਾ ਕੀ ਅੱਜ ਇਹ 16 ਕਰੋੜ ਰੁਪਏ ਤੁਹਾਡੇ ਨਾਂ ਦੇਣ ਕਰਕੇ ਪੀਜੀਆਈ ਵਰਗੇ ਇੰਸਟੀਚਿਊਨ ਨੇ ਪੰਜਾਬ ਦੇ ਮਰੀਜ਼ਾਂ ਦੀ ਇਲਾਜ ਬੰਦ ਕਰਦੇ ਆ ਉਹ ਕਹਿੰਦੇ ਆ ਵੀ ਜਾਂ ਤਾਂ ਤੁਸੀਂ ਪੈਸੇ ਦਿਓ ਤੇ ਜਾਂ ਫਿਰ ਤੁਸੀਂ ਮਤਲਬ ਕਿ ਇਹ ਆਪਣਾ ਯੋਜਨਾਬੰਦ ਯੋਜਨਾ ਤੋਂ ਦਾ ਲਾਭ ਤੁਹਾਨੂੰ ਨਹੀਂ ਦਾਂਗੇ ਤੇ ਮੈਨੂੰ ਲੱਗਾ ਕਿ ਉਹ ਜਿਹੜਾ ਇਹ ਜਿਹੜੀ ਚਿੰਤਾ ਵਾਲੀ ਗੱਲ ਜ਼ਿਆਦਾ ਹੈ ਹੁਣ ਇਹਦੇ ਵਿੱਚ ਥੋੜਾ ਜਿਹਾ ਸੀ ਪਤਾ ਪਤਾ ਕੀਤਾ ਸੀ ਤਾਂ ਆਇਆ ਕਿ ਜਿਹੜਾ ਇਸ ਜਿਹੜੀ ਵੀ ਏਜੰਸੀ ਹੈ ਉਹਨਾਂ ਨਾਲ ਮਤਲਬ ਪ੍ਰੋਪਰ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਅਮਲ 'ਚ ਨਹੀਂ ਲਈਆਂ ਜਾਂ ਚੱਪਾਰੀਆਂ ਪਿਛਲੀ ਨਵੀਂ ਸਰਕਾਰ ਨੇ ਆ ਕੇ ਥੋੜਾ ਜਿਹਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਬਹੁਤ ਦਿੱਕਤਾਂ ਸੀ ਉਹ ਰੋਕੀਆਂ ਗਈਆਂ ਪਿਛਲੇ ਜਿਹੜੇ ਮੰਤਰੀ ਸੀ ਸੋਨੀ ਸਾਹਿਬ ਨਾਲ ਕੋਈ ਪੰਗੇ ਸੀਗੇ ਉਹ ਉਹ ਉਹਨਾਂ ਦੇ ਖਿਲਾਫ ਜਾਂਚ ਦਾ ਵੀ ਇੱਕ ਉਹ ਇਸ਼ੂ ਆਇਆ ਸੀ ਤਾਂ ਇਸ ਤਰ੍ਹਾਂ ਦੇ ਕਈ ਚੀਜ਼ਾਂ ਨੇ ਪਰ ਕੁਝ ਵੀ ਹੋਏ ਜਦੋਂ ਅਸੀਂ ਸਰਕਾਰ ਦੀ ਗੱਲ ਕਰਦੇ ਹੁੰਦੇ ਆ ਤਾਂ ਸਰਕਾਰ ਮੀਨਸ ਪੰਜਾਬ ਸਰਕਾਰ ਹੁੰਦੀ ਹੈ ਉਥੇ ਕਾਂਗਰਸ ਸਰਕਾਰ ਜਾਂ ਆਪ ਸਰਕਾਰ ਨਹੀਂ ਹੁੰਦੀ ਕਾਂਗਰਸ ਉਥੇ ਹੁੰਦੀ ਹੈ ਸਰਕਾਰ ਮੀਨਸ ਪੰਜਾਬ ਸਰਕਾਰ ਚਾਹੇ ਜੇ ਕਾਂਗਰਸ ਸਰਕਾਰ ਨੇ ਰਹਿੰਦੇ ਹੋਏ ਕੁਝ ਕਰਤਾ ਚਾਹੇ ਉਹ ਗਲਤ ਕੀਤਾ ਚਾਹੇ ਉਹ ਸਹੀ ਕੀਤਾ ਉਹ ਤੁਹਾਨੂੰ ਜਦ ਤੱਕ ਉਹ ਤਰੀਕ ਹੈਗੀ ਹੈ ਉਹਨੂੰ ਓਨ ਕਰਨਾ ਪਏਗਾ ਉਹਦੇ ਵਿੱਚ ਕੋਈ ਤੁਸੀਂ ਇਹੋ ਜਿਹਾ ਕਦਮ ਨਹੀਂ ਉਠਾ ਸਕਦੇ ਵੀ ਤੁਹਾਡੇ ਉਸ ਕਦਮ ਉਠਾਉਣ ਨਾਲ ਚੀਜ਼ ਬੰਦ ਹੋ ਜੇ ਜਾਂ ਬੰਦ ਹੋਣ ਤੱਕ ਵੀ ਨਹੀਂ ਕਰ ਸਕਦਾ ਕਿਉਂ ਨਹੀਂ ਚੱਲੀ ਉਹੀ ਮੈਂ ਗੱਲ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਆ ਕੇ ਕੁਝ ਨਾ ਕੁਝ ਇਹੋ ਜਿਹਾ ਕਦਮ ਉਠਾਇਆ ਜਿਹਦੇ ਕਰਕੇ ਕੰਪਨੀ ਜਿਹੜੀ ਹੈਗੀ ਹੈ ਉਹ ਭੱਜ ਗਈ ਐ ਉਹ ਵਿਡਰੋ ਕਰ ਗਈ ਆਪਣੀ ਸਰਵਿਸਿਜ਼ ਨਹੀਂ ਪਰ ਉਹ ਤਾਂ ਦਸੰਬਰ ਦੀ ਫਰਾਰ ਹੈ ਹਾਂ ਮੈਂ ਉਹੀ ਗੱਲ ਕਰ ਰਿਹਾ ਦਸੰਬਰ ਦਾ ਪਿਛਲੀ ਸਰਕਾਰ ਦੇ ਵਿੱਚ ਹੈ ਨਾ ਤੇ ਜਦੋਂ ਦੇਖੋ ਮੈਂ ਉਹੀ ਗੱਲ ਕਰ ਰਿਹਾ ਵੀ ਜਦ ਜੋ ਦਸੰਬਰ ਦੀ ਫਰਾਰ ਹੈ ਤਾਂ ਆਂਦੇ ਸਾਰ ਪਹਿਲਾਂ ਤਾਂ ਇਸੇ ਇਹੀ ਕੰਮ ਕਰਨਾ ਚਾਹੀਦਾ ਸੀ ਵੀ ਯਾਰ ਉਹ ਯੋਜਨਾ ਚਾਹੇ ਤੁਸੀਂ ਆਪਣੇ ਤੌਰ ਤੇ ਲਾਗੂ ਕਰੋ ਚਾਹੇ ਕੋਈ ਹੋਰ ਕੰਪਨੀ ਉング ਆ ਕੇ ਉਹ ਕਰਾ ਕੇ ਜਾਵੇ ਵੈਸੇ ਮੈਨੂੰ ਦੱਸਿਆ ਜੀ ਕਿ ਕਿ ਇਹਨਾਂ ਨੂੰ ਉਹਨੂੰ ਵਧਾਤਾ ਸੀਗਾ ਪਰ ਹਜੇ ਉਹ ਕੋਈ ਕਲੈਰਿਟੀ ਨਹੀਂ ਦੇ ਰੇ ਹੈਲਥ ਡਿਪਾਰਟਮੈਂਟ ਵੀ ਕੋਈ ਕਲੈਰਿਟੀ ਨਹੀਂ ਦੇ ਰਿਆ ਵਿੱਤ ਵਿਭਾਗ ਵੀ ਕਲੈਰਿਟੀ ਨਹੀਂ ਦੇ ਰਿਆ ਹੁਣ ਵਿੱਤ ਵਿਭਾਗ ਕਹ ਰਿਹਾ ਵੀ ਅਸੀਂ ਪੈਸੇ ਜਾਰੀ ਕਰਤੇ ਜੋ ਕੰਪਨੀ ਭਜ ਕੀਤੇ ਫਿਰ ਜਾਰੀ ਕਿਨੂੰ ਕੀਤੇ ਉਹ ਕਹਿੰਦੇ ਟਰਸਟ ਰਹੀ ਹੁਣ ਉਹ ਚਲਾ ਰਹੇ ਤੇ ਜੇ ਮਤਲਬ ਇਸ ਉਹੀ ਮੈਂ ਕਹਿ ਰਿਹਾ ਨਾ ਵੀ ਇਸ ਤਰ੍ਹਾਂ ਕਈ ਇਹ ਜੇ ਅਨੁਪ੍ਰਤ ਸਵਾਲ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਕਿ ਵਿੱਤ ਮੰਤਰੀ ਨੂੰ ਤੇ ਹੈਲਥ ਮਿਨਿਸਟਰ ਨੂੰ ਕਲੈਰਿਟੀ ਨਾਲ ਆ ਕੇ ਜਵਾਬ ਦੇਣਾ ਚਾਹੀਦਾ ਹੈ ਨਾ ਕਿ ਵਾਈਸ ਚਾਂਸਲਰਾਂ ਨਾਲ ਉੱਥੇ ਲੜਨਾ ਚਾਹੀਦਾ ਉਹ ਜੇ ਇੱਥੇ ਆ ਕੇ ਕਲੈਰਿਟੀ ਨਾਲ ਇਹਨਾਂ ਚੀਜ਼ਾਂ ਤੇ ਕਿਉਂਕਿ ਇਹ ਚੀਜ਼ਾਂ ਉਹ ਨੇ ਜਿਹੜਾ ਜਿਹਦਾ ਅਸਰ ਪੂਰੇ ਪੰਜਾਬ ਦੇ ਉੱਤੇ ਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਉੱਤੇ ਆ ਪ੍ਰਾਈਵੇਟ ਹਸਪਤਾਲਾਂ ਦੇ ਉੱਤੇ ਆ ਸਭ ਕਿਤੇ ਆ ਤਾਂ ਉੱਥੇ ਤਾਂ ਤੁਸੀਂ ਕੰਮ ਨਹੀਂ ਕਰ ਰਹੇ ਉਲਟਾ ਮਤਲਬ ਜਿਹੜਾ चीज ਦੇਖੋ ਕਿੰਡੀ ਵੱਡੀ ਯੋਜਨਾ ਹੈ ਕਿੱਡਾ ਮਤਲਬ ਤੁਸੀਂ ਇਹ ਕਹ ਲਓ ਵੀ ਜਿਹਨੂੰ ਦੂਸਰੇ ਸ਼ਬਦਾਂ ਚ ਕਹਾਂਗੇ ਵੀ ਕਿੰਨਾ ਵੱਡਾ ਬੋਝ ਮਤਲਬ ਸਰਕਾਰ ਤੋਂ ਹਟ ਕੇ ਪ੍ਰਾਈਵੇਟ ਸੈਕਟਰ ਚ ਚਲਾ ਗਿਆ ਹੂੰ पीजीआई ਨੂੰ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਕਿਸ ਚੀਜ਼ ਦੀ ਸ਼ਿਕਾਇਤ ਹੁੰਦੀ ਹੈ ਪੀਜੀਆਈ ਨੂੰ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਪੰਜਾਬ ਦੇ ਜਿਹੜੇ ਮਰੀਜ਼ ਨੇ ਉਹ ਉਹ ਮਰੀਜ਼ ਵੀ ਇੱਥੇ ਆ ਰਹੇ ਨੇ ਜਿਹੜੇ ਸਿੰਪਲ ਇੱਕ ਕੁਨੀਆਂ ਦੀ ਗੋਲੀ ਜਾਂ ਟਿਕੋਲ ਦੇ ਕੇ ਵੀ ਠੀਕ ਹੋ ਜਾਂਦੇ ਉਹ ਵੀ ਜਾ ਕੇ ਪੀਜੀਆਈ ਚ ਆ ਰਹੇ ਨੇ ਕਿਉਂਕਿ ਤੁਸੀਂ ਚਾਹੇ ਜਿਹੜੀ ਮਰਜ਼ੀ ਡਿਸਪੈਂਸਰੀਆਂ 'ਚ ਚਲੇ ਜਾਓ ਸਾਡੇ 39 ਸੈਕਟਰ ਰੈਫਰ ਹਾਂ ਨਾ ਨਾ ਸਾਡੇ 39 ਸੈਕਟਰ ਇੱਕ ਡਿਸਪੈਂਸਰੀ ਹੈ ਗਵਰਨਮੈਂਟ ਦਾ ਐਮਬੀਬੀਐਸ ਡਾਕਟਰ ਬੈਰਡਰ ਪਰ ਜੇ ਤੁਸੀਂ ਉਹਦੇ ਕੋਲੇ ਜਾਓ ਉਹ ਸਿੰਪਲ ਤੁਹਾਨੂੰ ਲਿਖ ਦੇ ਜਾਂ ਤਾਂ ਜੇ ਤਾਂ ਉਹਦੇ ਕੋਲ ਦਵਾਈ ਹੈ ਤਾਂ ਉਹ ਸਰਪੋ ਦਵਾਈ ਲਿਖੇਗਾ ਨਹੀਂ ਤਾਂ ਤੁਨੂੰ 16 ਚ ਰੈਫਰ ਕਰ ਦੇਣਗੇ ਪੀਜੀਏ ਚ ਰੈਫਰ ਕਰ ਦੇਣਗੇ 6 ਫੇਸ ਚ ਰੈਫਰ ਜੇ ਰੈਫਰ ਹੀ ਕਰਨੇ ਆ ਤਾਂ ਫਿਰ ਇਹ ਡਾਕਟਰ ਨੂੰ ਇੱਥੇ ਪੇठाਣ ਦੀ ਲੋੜ ਹੀ ਨਹੀਂ ਤੇ ਇਹਨਾਂ ਨੂੰ ਤੁਸੀਂ ਉਸ ਹਸਪਤਾਲਾਂ ਚ ਬਿਠਾਓ 1 ਕਿਲੋਮੀਟਰ ਦੀ ਦੂਰੀ ਤੇ ਤੁਹਾਡੇ ਕੋਲੇ 6 ਫੇਸ ਦਾ ਵੱਡਾ ਹਸਪਤਾਲ ਹੈ ਫਿਰ ਤੁਹਾਨੂੰ ਮਤਲਬ 39 ਸੈਕਟਰ ਚ ਡਿਸਪੈਂਸਰੀ ਖੋਲਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਔਰ ਇੱਕ ਨਹੀਂ ਦੋ ਤਿੰਨ ਡਿਸਪੈਂਸਰੀਆਂ ਨੇ ਹੋਮੋਪੈਥਿਕ ਦੀ ਅਲੱਗ ਹੈ ਆਯੁਰਵੈਦਿਕ ਦੀ ਅਲੱਗ ਹੈ ਇਹਦੀ ਅਲੱਗ ਹੈ ਮਤਲਬ ਤੁਸੀਂ ਇਹ ਦੇਖੋ ਵੀ ਕੀ ਕਰਨਾ ਹੈ ਅੱਛਾ ਹੁਣ 39 ਸੈਕਟਰ 'ਚ ਯੂਟੀ ਨੇ ਵੀ ਆਪਣਾ ਇੱਕ ਹਸਪਤਾਲ ਖੋਲਤਾ ਹੈ ਛੋਟਾ ਤੁਸੀਂ ਉਹ ਮਤਲਬ ਤਾਲਮੇਲੀ ਨਹੀਂ ਹੈ ਤਾਲਮੇਲੀ ਨਹੀਂ ਹੈਗਾ ਵੀ ਯਾਰ ਜੇ ਇੱਥੇ ਆਲਰੇਡੀ ਚੱਲ ਰਿਹਾ ਤੇ ਇੱਥੇ ਦੀ ਲੋੜ ਕਿੱਧਰ ਨੂੰ ਹੈ ਮੈਂ ਇਸੇ ਤਾਲਮੇਲ ਦੀ ਗੱਲ ਕਰਨਾ ਚਾਹੁੰਨਾ ਕਿ ਪੰਜਾਬ ਦੇ ਹਸਪਤਾਲਾਂ ਦੀ ਜਿਹੀ ਜੀ ਸਥਿਤੀ ਹੈ ਚਾਹੇ ਪੰਚਾਇਤਾਂ ਦੇ ਅਧੀਨ ਚੱਲਣ ਵਾਲੇ ਮੋਢਲੀ ਸਹਿਤਾ ਕੇਂਦਰ ਨੇ ਚਾਹੇ ਹੋਰ ਨੇ ਉਹਦੇ ਦੂਏ ਪਾਸੇ ਹੁਣ ਮਹੱਲਾ ਖਲੀ ਨਹੀਂ ਸੋ ਆ ਸਾਰੀ ਕੀ ਆਪਸ ਦੇ ਵਿੱਚ ਇਹਦੇ ਨੂੰ ਲੈ ਕੇ ਵੀ ਕੋਈ ਤਾਲਮੇਲ ਨਹੀਂਗਾ ਜਾਂ ਇਹ ਸਿਰ ਪ੍ਰਚਾਰ ਦੇ ਸਾਧਨ ਬਣਦੇ ਜਾ ਰਹੇ ਉਹ ਸਭ ਤੋਂ ਵੱਡਾ ਮੁਹੱਲਾ ਕਲੀਨਿਕ ਐਕਚੁਅਲੀ ਨਾ ਇੱਕ ਪੋਲਿਟিক্যাল ਬਿੰਬ ਹੈ ਹਾਂ ਪੋਲਿਟিক্যাল ਬਿੰਬ ਹੈ ਕਿਉਂਕਿ ਤੁਸੀਂ ਆਲਰੇਡੀ ਕਹਿ ਚੁੱਕੇ ਹੋ ਮਸੀਂ ਲਲਣਾ ਕਲੀਨਿਕ ਖੋਲਾਂਗੇ ਤਾਂ ਇਸ ਕਰਕੇ ਤੁਸੀਂ ਉਸ ਨੂੰ ਪੂਰਾ ਕਰਨ ਦੇ ਉੱਤੇ ਹੀ ਕੰਮ ਕਰ ਰਹੇ ਹੋ ਔਰ ਇਹ ਵੀ ਅਨਾਉਂਸ ਕਰਤਾ ਵੀ 75 ਜਿਹੜੇ ਹੈਗੇ ਆ ਉਹ 15 ਅਗਸਤ ਨੂੰ ਖੁੱਲ ਜਾਣਗੇ ਤੇ ਇਸ ਕਰਕੇ ਉਹਦੇ ਉੱਤੇ ਹੀ ਜ਼ਿਆਦਾ ਕੰਮ ਹੋ ਰਿਹਾ ਪਰ ਮੈਨੂੰ ਇਹ ਲੱਗਦਾ ਸੀਗਾ ਕਿ ਜੇ ਸਰਕਾਰ ਇਹ ਕੋਸ਼ਿਸ਼ ਕਰਦੀ ਵੀ ਅਸੀਂ 75 ਉਹ ਡਿਸਪੈਂਸਰੀਆਂ ਦੇ ਉੱਤੇ ਕੰਮ ਕਰਾਂਗੇ ਜਿਹੜੀਆਂ ਡਿਸਪੈਂਸਰੀਆਂ ਬੰਦ ਹੋਈਆਂ ਹੋਈਆਂ ਨੇ ਆਲਰੇਡੀ ਸਾਡੇ ਕੋਲੇ ਡਿਸਪੈਂਸਰੀਆਂ ਇਮਾਰਤਾਂ ਹੈਗੀਆਂ ਸਟਰਕਚਰ ਹੈਗਾ ਸਭ ਕੁਝ ਹੈਗਾ ਉੱਤੇ ਘਰ ਬਣੇ ਹੋਏ ਨੇ ਡਾਕਟਰਾਂ ਦੇ ਸਭ ਕੁਝ ਹੈ ਹਾਂ ਉਹਦਾ ਉਗ੍ਰਹਿ ਹਾਂ ਵੀ ਅਸੀਂ ਹੋਰ ਕਿਤੇ ਨਵਾਂ ਨਹੀਂ ਖੋਲਾਂਗੇ ਅਸੀਂ ਜਿੰਨਾ ਫਰਸਟ ਫੇਸ ਦੇ ਵਿੱਚ ਅਸੀਂ ਜਿੰਨਾ ਪੈਸਾ ਹੈਗਾ ਉਹ ਇੱਥੇ ਇਨਵੈਸਟ ਕਰਾਂਗੇ ਤਾਂ ਮੈਨੂੰ ਇਹ ਲੱਗਦਾ ਵੀ ਇਹਦਾ ਕਿਤੇ ਸ਼ਾਇਦ ਜ਼ਿਆਦਾ ਜ਼ਿਆਦਾ ਮੈਸਸ ਦੂਸਰਾ ਇਹਦੇ ਨਾਲ ਵੀ ਕੱਪਰ ਹੋਰ ਜਾ ਕੇ ਵੀ ਦੇਖੋ ਤੁਸੀਂ ਇੰਨਾ ਹਸਪਤਾਲਾਂ ਚ ਕੰਮ ਕੌਣ ਕਰੇਗਾ ਜੇ ਤੁਸੀਂ ਮੁਹੱਲਾ ਕਲੀਨਿਕ ਵੀ ਖੋਲਤੇ ਐ ਉਥੇ ਕੰਮ ਕਿਹਨੇ ਕਰਨਾ ਕੰਮ ਤਾਂ ਡਾਕਟਰਸ ਨੇ ਹੀ ਕਰਨਾ ਐ ਪੈਰਾਮੈਡੀਕਲ ਸਟਾਫ ਨੇ ਕਰਨਾ ਡਾਕਟਰਸ ਤੁਹਾਡੇ ਕੋਲ ਆਲਰੇਡੀ ਨਹੀਂ ਹੈਗੇ ਫਿਰ ਜਿਸ ਤਰ੍ਹਾਂ ਦਾ ਤੁਹਾਡੇ ਮੰਤਰੀਆਂ ਦੇ ਵਿਵਹਾਰ ਨੇ 15 ਡਾਕਟਰ ਛੋੜ ਕੇ ਜਾ ਚੁੱਕੇ ਤੈਨੂੰ ਔਰ ਇਹ ਲੰਬੀ ਲਿਸਟ ਐ ਇਹ ਚੱਲੇਗੀ ਅਜੇ ਹੋਰ ਜਿੰਤੇ ਤੱਕ ਮੇਰਾ ਖਿਆਲ ਐ ਇਹ ਲਿਸਟ ਅਜੇ ਹੋਰ ਚੱਲੇਗੀ ਦੇਉ ਤਾਂ ਇਹਨਾਂ ਦੇ ਹਰ ਵਿਭਾਗ ਦੇ ਅਫਸਰ ਛੱਡ ਰਹੇ ਨੇ ਇਹਨਾਂ ਨੂੰ ਹਾਂ ਤੇ ਮੈਂ 70 ਤੋਂ ਲਗਾਤਾਰ ਅਫਸਰ ਡੈਪੂਟੇਸ਼ਨ ਤੇ ਜਾ ਰਹੇ ਨੇ 70 ਤੇ ਚਲੇ ਜਾਣ ਮੈਨੂੰ ਚਿੰਤਾ ਨਹੀਂ ਹੈ ਨਹੀਂ ਫਰੀਦਾ ਮਤਲਬ ਪ੍ਰਸ਼ਾਸਨ ਨਾਲ ਤਾਲਮੇਲ ਸਰਕਾਰ ਦਾ ਨਹੀਂ ਸਹੀ ਬੈਠ ਰਿਹਾ ਨਹੀਂ ਮੈਂ ਮੈਂ ਤੁਹਾਨੂੰ ਆਪਣੀ ਚਿੰਤਾ ਵਾਲੀ ਗੱਲ ਦੱਸ ਰਿਹਾ ਜਿਹਦਾ ਨੁਕਸਾਨ ਹੋਣਾ 70 ਦੇ ਅਫਸਰ ਚਲੇ ਜਾਣਗੇ ਜੂਨੀਅਰ ਅਫਸਰ ਉੱਥੇ ਤੇ ਕੰਮ ਕਰਨ ਲੱ ਆ ਜਾਣਗੇ ਲੇਕਿਨ ਡਾਕਟਰ ਚਲਾ ਗਿਆ ਤਾਂ ਉਥੇ ਡਾਕਟਰ ਦਾ ਅਲਟਰਨੇਟਿਵ ਕੋਈ ਨਹੀਂ ਉਥੇ ਨਰਸ ਨਹੀਂ ਉਹ ਤੇ ਨਰਸ ਕੰਮ ਨਹੀਂ ਕਰ ਸਕਦੀ ਉਥੇ ਪੈਰਾਮੈਡੀਕਲ ਸਟਾਫ ਦਾ ਬੰਦਾ ਕੰਮ ਨਹੀਂ ਕਰ ਸਕਦਾ ਉਥੇ ਡਾਕਟਰ ਹੀ ਕੰਮ ਕਰੂਗਾ ਜੇ ਡਾਕਟਰ ਚਲਾ ਗਿਆ ਤਾਂ ਫਿਰ ਤੁਸੀਂ ਕੀ ਕਰੋਗੇ ਫਿਰ ਤੁਸੀਂ ਮੰਨ ਲਓ ਕਿਸ ਕੋਈ ਬਹੁਤ ਸਾਰੇ ਹਸਪੀਟਲ ਸਾਡੇ ਇਦਾਂ ਦੇ ਨਹੀਂ ਜਿੱਤੇ ਹੈ ਹੀ ਦੋ ਦੋ ਤਿੰਨ ਤਿੰਨ ਡਾਕਟਰ ਨੇ ਜੀ ਜੇ ਹੁਣ ਤੁਸੀਂ ਮੰਨ ਲਓ ਉਹਨਾਂ ਉਹ ਡਾਕਟਰ ਵੀ ਅਸਤੀਫਾ ਦੇ ਕੇ ਚਲੇ ਗਏ ਵੀ ਅਸੀਂ ਜੀ ਕੰਮ ਨਹੀਂ ਕਰਨਾ ਇਸ ਮਾਹੌਲ ਚ ਕੰਮ ਨਹੀਂ ਕਰਨਾ ਜਿਵੇਂ ਡਾਕਟਰ ਰਾਜ ਬਾਤੁਰ ਨੇ ਕਿਹਾ ਵੀ ਇਹ ਤੇ ਮਾਹੌਲ ਕੰਮ ਕਰਨ ਵਾਲਾ ਨਹੀਂ ਹੈਗਾ ਤਾਂ ਜੇ ਉਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਗਿਆ ਔਰ ਡਾਕਟਰਸ ਜਾਣ ਲੱਗੇ ਕਿਉਂਕਿ ਡਾਕਟਰਸ ਦੀ ਅਵੇਲੇਬਿਲਿਟੀ ਬਹੁਤ ਹੈ ਮੈਂ ਸੌਰੀ ਬਹੁਤ ਘੱਟ ਹੈ ਉਹਨਾਂ ਦੀ ਮੰਗ ਬਹੁਤ ਜ਼ਿਆਦਾ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਇਸ ਟਾਈਮ ਇੰਨੀ ਜ਼ਿਆਦਾ ਮੰਗ ਹੈ ਕਿ ਉਹ ਪੂਰੀ ਨਹੀਂ ਹੋ ਪਾਰੀ ਜਦੋਂ ਇਹ ਸਥਿਤੀ ਹੈਗੀ ਹੈ ਤਾਂ ਫਿਰ ਤੁਸੀਂ ਦੱਸੋ ਨਾ ਵੀ ਫਿਰ ਸਾਡੇ ਜਿਹੜੇ ਗਰੀਬ ਤਬਕਾ ਹੈ ਆਸ਼ੀਮਨ ਯੋਜਨਾ ਤੁਸੀਂ ਵੈਸੇ ਬੰਦ ਕਰ ਲਵੋ ਜਿਹੜੇ ਮਾੜੇ ਮੋਟੇ ਸਰਕਾਰੀ ਹਸਪਤਾਲਾਂ ਚ ਸਸਤਾ ਇਲਾਜ ਕਰ ਲੈਂਦੇ ਸੀ ਉਹ ਖਾਲੀ ਹੋਗੇ ਤਾਂ ਜਿਹੜਾ ਤੁਹਾਡਾ ਕੋਰ ਸੈਕਟਰ ਹੈ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਭਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਰ ਇਸ਼ੂ ਹੈਲਥ ਔਰ ਐਜੂਕੇਸ਼ਨ ਨੇ ਹਮਮ ਹੈਲਥ ਦਾ ਤਾਂ ਤੁਹਾਨੂੰ ਮੈਂ ਹਾਲ ਦੱਸਦਾ ਹਾਂ ਹੈਲਥ ਤਾਂ ਜਿੱਥੇ ਜੇ ਅਸੀਂ ਇੱਥੇ ਸੀਗੇ ਤਾਂ ਹੈਲਥ ਤਾਂ ਹੁਣ ਥੱਲੇ ਆਈ ਜਾ ਰਹੀ ਹੈ ਤੇ ਸਿੱਖਿਆ ਚ ਵੀ ਕਹਿੰਦੇ ਕਿਤਾਬਾਂ ਹੀ ਨਹੀਂ ਮਿਲੀਆਂ ਮੈਨੂੰ ਸਿੱਖਿਆ ਦਾ ਹਜੇ ਮੈਂ ਕਰੂੰਗਾ ਸਟੱਡੀ ਕਿਉਂਕਿ ਐਰ ਕੀ ਜਿਹੜੀ ਰਿਪੋਰਟ ਆਈ ਹੈ ਉਸ ਤੇ ਸਿੱਖਿਆ ਡਾਊਨ ਆਈ ਹੈ ਹੁਣ ਮੈਨੂੰ ਨਹੀਂ ਉਹ ਪਤਾ ਕਿ ਉਹ ਡਾਊਨ ਇਨਾਂ ਦੀ ਸਰਕਾਰ ਕਰਕੇ ਆਈ ਹੈ ਜਾਂ ਪਿਛਲੀ ਸਰਕਾਰ ਦੇ ਲਾਗੂ ਕੀਤੇ ਦਾ ਵੀ ਕੋਈ ਉਹ ਹੈਗਾ ਕਿਉਂਕਿ ਇੱਕਦਮ 3-4 ਮਹੀਨੇ ਤੱਕ ਕੁਝ ਐਦਾਂ ਦਾ ਨਹੀਂ ਹੁੰਦਾ ਕਿ ਇੱਕਦਮ ਸੈਕਟਰ ਥੱਲੇ ਚਲਾ ਜਾਏ ਪਰ ਇਹ ਸਿੱਖਿਆ 'ਚ ਵੀ ਕਹਿੰਦੇ ਇਹ ਹੈਗਾ ਕਿ ਤੁਸੀਂ ਤੁਹਾਡੇ ਜਿਹੜੇ ਕਿਤਾਬਾਂ ਦਾ ਇਸ਼ੂ ਆਇਆ ਕਿਤਾਬਾਂ ਨਾਲੋਂ ਪਹਿਲਾਂ ਤਾਂ ਬੱਚਿਆਂ ਦਾ ਇਸ਼ੂ ਬੱਚੇ ਦਾ ਸ਼ੂਆ ਕਿ ਜੇ ਬੱਚੇ ਹੀ ਨਹੀਂ ਹੈ ਤਾਂ ਫਿਰ ਕਿਤਾਬਾਂ ਵੀ ਜੇ ਤੁਸੀਂ ਕਿਤਾਬਾਂ ਲਿਆ ਵੀ ਦੋਗੇ ਤੇ ਬੱਚੇ ਹੀ ਨਹੀਂ ਤਾਂ ਪੜ੍ਹੇਗਾ ਕੌਣ ਪਹਿਲਾ ਇਸ਼ੂ ਤਾਂ ਬੱਚਿਆਂ ਦਾ ਵੀ ਬੱਚੇ ਤੁਹਾਡੇ ਕੋਲ ਵੱਧ ਰਹੇ ਕਿ ਨਹੀਂ ਇਹ ਆ ਰਿਹਾ ਕਿ ਬੱਚੇ ਪਿਛਲੇ ਸਾਲ ਨਾਲੋਂ ਘਟੇ ਆ ਤਾਂ ਇਹ ਚਲੋ ਅਸੀਂ ਸਾਡਾ ਅੱਜ ਦਾ ਵਿਸ਼ਾ ਨਹੀਂ ਤਾਂ ਮੈਂ ਪਰੇ ਗੱਲ ਕਰ ਰਿਹਾ ਵੀ ਜੇ ਹੈਲਥ ਸੈਕਟਰ ਦੇਖੋ ਪਹਿਲਾਂ ਹੀ ਸਾਡਾ ਹੈਲਥ ਸੈਕਟਰ ਨਾ ਖਾਸ ਤੌਰ ਤੇ ਗਵਰਨਮੈਂਟ ਸੈਕਟਰ ਦੇ ਵਿੱਚ ਬਹੁਤ ਹੀ ਕਮਜ਼ੋਰ ਹੋ ਗਿਆ ਮੈਨੂੰ ਲੱਗਦਾ ਵੀ ਸਾਨੂੰ ਉਹ ਵਾਲਾ ਜਿਹੜਾ ਵਿਸ਼ਵਾਸ ਹੈ ਨਾ ਉਹ ਬਣਾਉਣ ਦੀ ਲੋੜ ਹੈ ਕਿ ਪਹਿਲਾਂ ਅਸੀਂ ਉਹ ਵਿਸ਼ਵਾਸ ਬਣਾਈਏ ਕਿ ਯਾਰ ਲੋਕ ਪ੍ਰਾਈਵੇਟ ਸੈਕਟਰ ਨੂੰ ਛੋੜ ਕੇ ਸਰਕਾਰ ਦੇ ਹਸਪਤਾਲਾਂ 'ਚ ਆਣ ਹੂੰ ਦੇਖੋ ਮੈਨ ਮੈਨੂੰ ਕਦੇ ਮੈਂ ਅਜ ਤੱਕ ਪ੍ਰਾਈਵੇਟ ਹਸਪੀਟਲ ਅਜੇ ਨਹੀਂ ਗਿਆ ਮੈਂ ਪਤਾ ਨਹੀਂ ਕਿਉਂ ਇੱਕ ਸ਼ੁਰੂ ਤੋਂ ਹੀ ਉਹ ਬਣੀ ਹੋਈ ਹੈ ਤੇ ਸਿੱਧਾ ਜਾਂ ਤਾਂ 6% ਵਾਲੇ ਮੋਹਾਲੀ ਹਸਪੀਟਲ 'ਚ ਚਲੇ ਜਾਈਦਾ ਜਾਂ ਉੱਥੇ ਕਰਾ ਲਈਦਾ ਮੈਂ ਜਾਂਤਰ 32 ਜਾਂ BJ ਹੁੰਦੀ ਸੀ ਤਾਂ ਕਿਉਂ ਇੰਨਾ ਦਾ ਇਹ ਜੇ ਦੇਖੋ ਜੇ ਇਹ ਹਸਪੀਟਲ ਸਾਡੇ ਮਜ਼ਬੂਤ ਹੋ ਜਾਣਾ ਘਟੋ ਘਟ ਡਿਸਟ੍ਰਿਕਟਲੇ ਜਿੰਨੇ ਡਿਸਟ੍ਰਿਕਟ ਹਸਪੀਟਲਸ ਨਹੀਂ ਇਹ ਬਹੁਤ ਸੁਪਰ ਸਪੈਸ਼ਲਿਸਟ ਹੋ ਜਾਣ ਸਿੰਪਲ ਜਿਹਾ ਇੱਕ ਉਹ ਹੈ ਤੁਹਾਨੂੰ ਸਬਡਿਵੀਜ਼ਨ ਲੈਵਲ ਤੇ ਸਪੈਸ਼ਲਿਸਟ ਹਸਪੀਟਲਾਂ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਸਪੈਸ਼ਲਿਸਟ ਡਾਕਟਰ ਘੱਟ ਨੇ ਤਾਂ ਸਾਰੇ ਦੇ ਸਾਰੇ ਉਹ ਡਿਸਟ੍ਰਿਕਟਾਂ ਚ ਭੇਜ ਦਿਓ ਤੁਸੀਂ ਥੱਲੇ ਐਮਬੀਬੀਐਸ ਡਾਕਟਰ ਰੱਖੋ ਜਿਹੜੇ ਸਬਡਿਵੀਜ਼ਨਲ ਨੇ ਜਿਹੜੀਆਂ ਡਿਸਪੈਂਸਰੀਆਂ ਨੇ ਉੱਥੇ ਵੀ ਐਮਬੀਬੀਐਸ ਜਿਹੜੇ ਸਿਰਫ ਰੈਫਰਲ ਕਰਦੇ ਜੇ ਉੱਥੇ ਸਿੰਪਲ ਕੋਈ ਵਾਇਰਲ ਬੁਖਾਰ ਟਾਈਪ ਚੀਜ਼ਾਂ ਨੇ ਉਹਨੂੰ ਉੱਥੇ ਹੀ ਦਵਾਈ ਦੇਣ ਤੇ ਘਰ ਭੇਜ ਦੇਣ ਬਿਲਕੁਲ ਔਰ ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹਨੂੰ ਥੋੜੇ ਟੈਸਟ ਟਿਸਟ ਵੀ ਕਰਵਾਉਣ ਦੀ ਲੋੜ ਪਵੇਗੀ ਤਾਂ ਤੁਸੀਂ ਜਾ ਕੇ ਸਬਡਿਵੀਜ਼ਨ ਹਸਪੀਟਲ ਤੇ ਰੈਫਰ ਕਰ ਦਿਓ ਜੇ ਲੱਗਦਾ ਵੀ ਨਹੀਂ ਇਸ ਤੋਂ ਵੀ ਜ਼ਿਆਦਾ ਪਵੇਗੀ ਫਿਰ ਦੇ ਹੋਗੇ ਫਿਰ ਤੁਸੀਂ ਡਿਸਟ੍ਰਿਕਟ ਹਸਪੀਟਲ ਚ ਭੇਜ ਦੋ ਮੈਨੂੰ ਲੱਗਦਾ ਵੀ ਇਹ ਸਾਰੇ ਤੋੜ ਕੇ ਸਿੱਧਾ ਚੰਡੀਗੜ੍ਹ ਭਜਨਵਾਤ ਆ ਜਾਂਦਾ ਔਰ ਤੁਸੀਂ ਦੇਖੋ ਵੀ ਅਸੀਂ ਇਹ ਸਾਰਾ ਕੁਝ ਤੋੜਤਾ ਇਹ ਤੋੜ ਕੇ ਉਹਨੂੰ ਸਿੱਧਾ ਪੀਜੀਆਈ ਚ ਪੀਜੀਆਈ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਜੇ ਤੁਸੀਂ ਕਿਤੇ ਕਿਸੇ ਦਿਨ ਪੀਜੀਆਈ ਚਲੇ ਗੋ ਤੁਹਾਨੂੰ ਲੱਗੇਗਾ ਯਾਰ ਸਾਰਾ 17 ਸਾਰਾ ਘੰਟੇ ਯਾਰ ਕੰਮ ਕਰ ਰਹੇ ਨੇ ਫਿਰ ਅਸੀਂ ਉਹਨਾਂ ਤੋਂ ਉਮੀਦ ਕਰ ਰਹੇ ਹਾਂ ਕਿ ਉਹ 17-17 ਘੰਟੇ ਕੰਮ ਵੀ ਕਰਨ ਸਾਡੇ ਨਾਲ ਪਿਆਰ ਨਾਲ ਵੀ ਬੋਲਣ ਹਾਂ ਔਰ ਮੇਰੀ ਕੋਲ ਤੇ ਤੁਰੰਤ ਮੇਰੇ ਕੋਲ ਆ ਵੀ ਜਾਇਆ ਕਰ ਤੇ ਸੰਭਵ ਨਹੀਂ ਹੈਗਾ ਮਤਲਬ ਹਿਊਮਨ ਬਾਡੀਜ਼ ਹੀ ਨਹੀਂ ਉਹ ਵੀ ਚਾਹੇ ਉਹ ਡਾਕਟਰ ਨੇ ਲੇਕਿਨ ਹੈ ਤਾਂ ਹਿਊਮਨ ਬੀਂਗ ਹੀ ਨਹੀਂ ਨਾ ਤੇ ਹਿਊਮਨ ਬੀਂਗ ਕਿੰਨਾ ਕੰਮ ਕਰ ਸਕਦੀ ਹੈ ਉਨਾ ਹੀ ਕਰ ਸਕਦੀ ਹੈ ਜਿੰਨੀ ਕੋਚ ਕਪੈਸਿਟੀ ਹੈ ਗਿਆ ਤੇ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਜਿਹੜੇ ਸਾਨੂੰ ਬਾਕੀ ਚੀਜ਼ਾਂ ਭੁਲਾ ਕੇ ਨਾ ਜਿਵੇਂ ਇਹ ਹੈਲਥ ਮਿਨਿਸਟਰ ਦਾ ਸਾਡਾ ਜਿਸ ਤਰ੍ਹਾਂ ਦਾ ਬੇਵਾਰ ਮੇਬੀ ਉਹਨਾਂ ਦੇ ਆਪਣੇ ਮਨ ਚ ਇੱਛਾ ਹੋਏ ਕਿ ਯਾਰ ਮੈਂ ਸੁਧਾਰਦਾ ਪਰ ਇਹ ਸੁਧਾਰਨ ਦੇ ਤਰੀਕੇਕਾਰ ਉਹਦੇ ਬਿਲਕੁਲ ਗਲਤ ਨੇ ਤੁਸੀਂ ਤਰੀਕਿਆਂ ਦੀ ਗੱਲ ਕੀਤੀ ਆ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਬਹੁਤ ਵੱਡਾ ਬਣਦਾ ਜਾ ਰਿਹਾ ਲਗਾਤਾਰ ਜੀ ਲਗਾਤਾਰ ਕੇਂਦਰ ਕਹਿ ਰਿਹਾ ਕਿ ਕੋਈ ਕੇਂਦਰੀਕਰਨ ਨਹੀਂ ਜੀ ਹੁਣ ਤਾਂ ਕੱਲ ਉੱਥੇ ਜਦੋਂ ਸਾਨੀ ਹੋਰਾਂ ਨੂੰ ਮੁੱਦਾ ਚੱਕਿਆ ਤੇ ਉਹਦੇ ਜਵਾਬ ਦੇ ਵਿੱਚ ਕੇਂਦਰੀ ਮੰਤਰੀ ਨੇ ਖੁਦ ਸੰਸਦ ਦੇ ਅੰਦਰ ਦੱਸਿਆ ਕਿ ਨਹੀਂ ਅਸੀਂ ਤਾਂ ਕੇਂਦਰੀਕਰਨ ਨਹੀਂ ਕਰ ਰਹੇ ਪਰ ਤਦ ਵੀ ਲੋਕਾਂ ਨੂੰ ਭਰੋਸਾ ਨਹੀਂ ਹੋ ਰਿਹਾ ਚਾਹੇ ਉੱਥੇ ਪੜ੍ਹਦੇ ਬਤਿਆਰਤੀ ਹੋਣ ਚਾਹੇ ਉੱਥੇ ਪੜ੍ਹਾਉਂਦੇ ਅਧਿਆਪਕ ਹੋਣ ਚਾਹੇ ਪੰਜਾਬ ਦੇ ਲੋਕ ਹੋਣ ਚਾਹੇ ਚੰਡੀਗੜ੍ਹ ਦੇ ਲੋਕ ਉਹਨਾਂ ਨੂੰ ਭਰੋਸਾ ਨਹੀਂ ਆ ਕਿ ਕੇਂਦਰ ਦੇ ਉੱਤੇ ਕਿ ਨਹੀਂ ਉਹਨਾਂ ਨੂੰ ਲੱਗਦਾ ਕਿ ਖੇਡ ਹੋਏਗਾ ਕੁਝ ਕੀ ਹੈ ਸਾਰਾ ਮਾਮਲਾ ਅਸਲ 'ਚ ਮਤਲਬ ਨਾ ਦੋ ਤਿੰਨ ਚੀਜ਼ਾਂ ਨੇ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਉਦੋਂ ਬਣਾਈ ਗਈ ਸੀ ਜਦੋਂ ਲਾਹੌਰ ਤੋਂ ਸਾਡੀ ਯੂਨੀਵਰਸਿਟੀ ਟੁੱਟ ਗਈ ਸੀ ਹਾਂ ਮਤਲਬ ਡਿਵੀਜ਼ਨ ਹੋ ਗਈ ਤਾਂ ਇੱਕ ਯੂਨੀਵਰਸਿਟੀ ਲਾਹੌਰ ਚ ਲਗੀ ਤੁਹਾਨੂੰ ਉਹ ਯੂਨੀਵਰਸਿਟੀ ਇੱਥੇ ਚਾਹੀਦੀ ਸੀ ਤਾਂ ਅਸੀਂ ਉਹ ਯੂਨੀਵਰਸਿਟੀ ਇੱਥੇ ਲਿਆਏ ਔਰ ਉਹ ਪੰਜਾਬ ਨੂੰ ਦਿੱਤੀ ਹੂੰ ਔਰ ਪੰਜਾਬ ਦੇ ਮਤਲਬ ਉਦੋਂ 10 12 ਡਿਸਟ੍ਰਿਕਟ ਜਿਹੜੇ ਹੈਗੇ ਆ ਉਹ ਇਹਦੇ ਨਾਲ ਜੁੜੇ ਹੋਏ ਸੀ ਹੋਲੀ-ਹੋਲੀ ਕੀ ਹੁੰਦਾ ਗਿਆ ਕਿ ਜਦੋਂ 66 ਦੇ ਵਿੱਚ ਹਰਿਆਣਾ ਅਲੱਗ ਹੋ ਗਿਆ ਤਾਂ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕਮੀ ਸੀ ਹਰਿਆਣਾ ਦੀ ਪੂਰੀ ਕਰਨ ਵਾਸਤੇ ਉਹਨਾਂ ਨੇ ਖੇਤੀਬਾੜ ਯੂਨੀਵਰਸਿਟੀ ਖੋਲਦੀ ਤਾਂ ਜਿਹੜੇ ਹਰਿਆਣਾ ਦੇ ਕਾਲਜ ਸੀ ਉਹ ਪੰਜਾਬ ਯੂਨੀਵਰਸਿਟੀ ਨਾਲ ੁੱਟ ਕੇ ਸਾਰੇ ਹਰਿਆਣੇ ਨਾਲ ਉਦਕਰਸ਼ਾ ਯੂਨੀਵਰਸਿਟੀ ਨਾਲ ਜੁੜਗੇ ਉਹਨਾਂ ਦਾ ਹੁਣ ਪੰਜਾਬ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਤਾਂ ਉਹ ਯੂਨੀਵਰਸਿਟੀ ਸਿਰਫ ਔਰ ਸਿਰਫ ਪੰਜਾਬ ਲਈ ਜਾਂ ਯੂਟੀ ਲਈ ਰਹੇਗੀ ਖਾਸ ਤੌਰ ਤੇ ਪੰਜਾਬ ਲਈ ਰਹੇਗੀ ਕਿਉਂਕਿ ਪੰਜਾਬ ਦੇ ਕਾਲਜ ਉਹਦੇ ਨਾਲ ਜੁੜੇ ਹੋਏ ਸੀ ਤੇ ਯੂਟੀ ਚ ਹੋਣ ਕਰਕੇ ਉਹ ਕਲੇਮ ਇੱਕ ਤਰ੍ਹਾਂ ਦਾ ਯੂਟੀ ਨੂੰ ਹੈਬ ਯੂਟੀ ਦਾ ਵੀ ਹੈ ਤੇ ਯੂਟੀ ਮੀਨਸ ਕੀ ਸੈਂਟਰ ਦਾ ਸਿੰਪਲ ਹੈ ਤਾਂ ਹੁਣ ਹੌਲੀ ਹੌਲੀ ਕੀ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਮਤਲਬ ਇੱਥੇ ਦਾ ਜਿਹੜਾ ਗਲਤੀਆਂ ਸਾਡੀਆਂ ਵੀ ਨੇ ਬਿਲਕੁਲ ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜੀ ਉਸ ਯੂਨੀਵਰਸਿਟੀ ਦੀ ਫਾਈਨੈਂਸ਼ੀਅਲ ਡਿਮਾਂਡ ਹੈਗੀ ਆ ਉਹ ਪੂਰੀ ਨਹੀਂ ਕੀਤੀ ਗਰੀ ਉਸ ਤੋਂ ਕੀ ਕਰਦੇ ਆ ਕਿ ਉਹ बार-बार ਫਿਰ ਸੈਂਟਰ ਗਵਰਨਮੈਂਟ ਨੂੰ ਅਪਰੋਚ ਕਰਦੇ ਆ ਕਿ ਸਾਨੂੰ ਗ੍ਰਾਂਟ ਦੋ ਸਾਨੂੰ ਗ੍ਰਾਂਟ ਦੋ ਫਿਰ ਉਹ UGC ਵਾਲੇ ਗ੍ਰਾਂਟ ਦਿੰਦੇ ਆ بیا ਕੁਝ ਹੋਰ ਤਰੀਕਿਆਂ ਨਾਲ ਗ੍ਰਾਂਟਾਂ ਦੀਆਂ ਤਾਂ ਹੁਣ ਗ੍ਰਾਂਟ ਵੀ ਹਰ ਯੂਨੀਵਰਸਿਟੀ ਨੂੰ ਇੱਕ ਲਿਮਿਟਡ ਹੀ ਦਿੱਤੀ ਜਾ ਸਕਦੀ ਹੈ ਤਾਂ ਹੈ ਨਹੀਂ ਕਿ ਤੁਸੀਂ ਬਾਰ-ਬਾਰ ਜਿੰਨੀ ਤੁਸੀਂ ਮੰਗੀ ਓਨੀ ਦੇ ਦਿੱਤੀ ਇਸ ਤਰ੍ਹਾਂ ਤਾਂ ਹੋਏਗਾ ਨਹੀਂ ਲੇਕਿਨ ਉਹਦਾ ਮਤਲਬ ਇਹ ਹੁੰਦਾ ਕਿ ਕਿਸ ਤਰ੍ਹਾਂ ਸਰਕਾਰ ਨੇ ਫਿਰ ਇਹ ਸੋਚਿਆ ਕਿ ਜੇ ਦੇਣੀ ਓ ਸਾਰੀ ਗ੍ਰਾਂਟ ਅਸੀਂ ਹੈ ਤਾਂ ਫਿਰ ਇਹ ਸਾਡੇ ਕੰਟਰੋਲ 'ਚ ਹੀ ਰਹੇ ਅਸੀਂ ਇਹ ਲਗਾਈਏ ਬੰਦੇ ਇੱਥੇ ਤਾਂ ਉਹਨਾਂ ਨੇ ਹੌਲੀ-ਹੌਲੀ ਹੌਲੀ ਕਰਕੇ ਪੰਜਾਬ ਦਾ ਪੰਜਾਬ ਤੋਂ ਹਾਂ ਕਰਨ ਦੀ ਕੋਸ਼ਿਸ਼ ਕਰ ਲਈ ਖੰਡੀ ਵੀ ਕਿਸ ਤਰ੍ਹਾਂ ਇਹਨੂੰ ਖਿੱਚ ਲਈਏ ਤਾਂ ਹੁਣ ਕਿਉਂਕਿ ਮੈਂ ਤੁਹਾਨੂੰ ਦੱਸਿਆ ਰਾਂ ਵੀ ਇਹ ਤਰੀਕਾ ਉਸ ਤਰ੍ਹਾਂ ਦਾ ਹੈ ਵੀ ਜਿਸ ਤਰ੍ਹਾਂ ਤੁਸੀਂ ਪਤਾ ਵੀ ਨਾ ਲੱਗਣ ਤੋਂ ਹੋਰ ਜੜਾਂ ਜਿਹਾ ਚੱਕ ਕੇ ਪਾ ਦੋ ਹਾਂ ਬਸ 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 ਤਾਂ ਉਹਦੇ ਵਿੱਚ ਜਿਵੇਂ ਪਹਿਲਾਂ ਵਾਈਸ ਚਾਂਸਲਰਾਂ ਦੇ ਨਿਯੁਕਤੀ ਤੁਸੀਂ ਅੱਗੇ ਸਾਡੇ ਕਿਉਂ ਨਾ ਸੀ ਭਿਜ ਨੂੰ ਯੂਨੀਵਰਸਿਟੀ ਦੇ ਚ ਕੋਈ ਵਾਈਸ ਚਾਂਸਲਰ ਲਗਾਣਾ ਹੁੰਦਾ ਸੀ ਤਾਂ ਇੱਥੋਂ ਹੀ ਕੋਈ ਨਾ ਕੋਈ ਅੱਛਾ ਜਿਹੜਾ ਸੀਗਾ ਪ੍ਰੋਫੈਸਰ ਉਹਨੂੰ ਮਤਲਬ ਇੱਥੇ ਤਾਂ ਇੱਥੇ ਹੀ ਪ੍ਰਮੋਟ ਕਰਕੇ ਲਗਾ ਦਿੰਦੇ ਸੀ ਜੇ ਉਹਦਾ ਵੀ ਸੀ ਤਾਂ ਇੱਧਰ ਉੱਧਰ ਹੋਈ ਕਿਤੇ ਲਗਾ ਦਿੰਦੇ ਸੀ ਕਿਸੇ ਦੋਨ ਚ ਹੀ ਲੱਗਦਾ ਹੁੰਦਾ ਸੀ ਪੰਜਾਬੀ ਹੀ ਹੁੰਦਾ ਸੀਗਾ ਪਰ ਫਸਟ ਟਾਈਮ ਜਦੋਂ ਦੀ ਭਾਜੀਪੀ ਗਵਰਨਮੈਂਟ ਆਈ ਹੈ ਖਾਸ ਕਰਕੇ ਸੈਂਟਰ ਦੇ ਵਿੱਚ ਉਦੋਂ ਤੋਂ ਉਹ ਇੱਕ ਬਾਹਰੋਂ ਉਹਨਾਂ ਨੇ ਲਿਆ ਕੇ ਇੱਥੇ ਲਗਾਇਆ ਜਿਹਦਾ ਨਾ ਤਾਂ ਇੱਥੇ ਤੇ ਕਲਚਰਲ ਕੋਈ ਸਬੰਧ ਹੈ ਨਾ ਇੱਥੇ ਦੇ ਜਿਹੜਾ ਫੈਕਲਟੀ ਹੈ ਉਹਦੇ ਨਾਲ ਉਹਨਾਂ ਦੀ ਕੋਈ ਬਣਪੜੀ ਹੈ ਈਵਨ ਹੋਰ ਛੋਟਾ ਜਿਹੜੇ ਭਾਜੀਪੀ ਦੀ ਆਪਣੀ ਇੱਥੇ ਪਾਰਟੀ ਦੀ ਹੈਗੀ ਹੈ ਉਹਨਾਂ ਨਾਲ ਵੀ ਨਹੀਂ ਬਣ ਪਾਰੀ ਉਹਨਾਂ ਦੀ ਚਲੋ ਉਹਨਾਂ ਨੂੰ ਦੂਜਿਆਂ ਨਾਲ ਤਾਂ ਨਾ ਬਣੇ ਤਾਂ ਸਮਝ ਆਂਦੀ ਹੈ ਲੇਕਿਨ ਆਪਣੀ ਪਾਰਟੀ ਦੇ ਬੰਦੇ ਨਾਲ ਤਾਂ ਘਟੋਟੋ ਬਣਾ ਕੇ ਰੱਖੇ ਉਹਨਾਂ ਨਾਲ ਵੀ ਉਹਦਾ ਦੀ ਬਣ ਨਹੀਂ ਪਾਰੀ ਤਾਂ ਫਿਰ ਔਰ ਫਿਰ ਉਸ ਤੋਂ ਬਾਅਦ ਇਹ ਸੀਬੀਸੀ ਨੇ ਆ ਕੇ ਥੋੜਾ ਜਿਹਾ ਇਹਨਾਂ ਦੇ ਸੈਨੇਟ ਦੇ ਮੈਂਬਰ ਮੈਂਬਰਾਂ ਦੇ ਉੱਤੇ ਉਹ ਕੀ ਕੀਤੀ ਧੱਕੇਸ਼ਾਈ ਧੱਕੇਸ਼ਾਈ ਤਾਂ ਥੋੜਾ ਜਿਹਾ ਸਿਸਟਮ ਵੀ ਚੇਂਜ ਕਰਨ ਲਈ ਕੀਤਾ ਉਹਦੇ ਅੰਦਰ ਜਿਹੜੀ ਸੈਨੇਟਰ ਬੈਠੀ ਹੈ ਉਹਦੇ ਤੇ ਤਾਂ ਉਹਦਾ ਲੋਕਲ ਇੱਥੇ ਦੀ ਭਾਜਪਾ ਨੇ ਵੀ ਵਿਰੋਧ ਕੀਤਾ ਕਿ ਯਾਰ ਇਹ ਠੀਕ ਨਹੀਂ ਬਾਕੀ ਇਹ ਪਾਰਟੀਆਂ ਨੇ ਤਾਂ ਕਰਨਾ ਹੀ ਕਰਨਾ ਤਾਂ ਉਸ ਤੋਂ ਇਹ ਜਾਪ ਰਿਹਾ ਸੀਗਾ ਕਿ ਹੌਲੀ 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 ਕਰਦੇ ਹੋਏ ਇਹ ਕੇਂਦਰੀਕਰਨ ਕਰ ਰਹੇ ਹੈ ਕੇਂਦਰੀਕਰਨ ਐਕਚੁਅਲੀ ਸ਼ੁਰੂ ਤਾਂ ਕਾਂਗਰਸ ਟਾਈਮ ਚ ਹੀ ਹੋ ਗਿਆ ਸੀ ਜਦੋਂ ਉਹਨਾਂ ਨੇ ਸਾਰੀਆਂ ਸਟੇਟਾਂ ਨੂੰ ਇੱਕ ਇੱਕ ਸੈਂਟਰਲ ਯੂਨੀਵਰਸਿਟੀ ਦੇਣ ਦੀ ਗੱਲ ਕਰਦੀ ਸੀ ਉਹਦੀ ਸ਼ੁਰੂ ਹੋ ਗਿਆ ਸੀ ਤਾਂ ਯੂਟੀ ਨੂੰ ਕਹਿਆ ਕਿ ਇੱਥੇ ਇੱਕ ਨਵੀਂ ਯੂਨੀਵਰਸਿਟੀ ਬਣਾਉਣ ਦੀ ਬਜਾਏ ਆਲਰੇਡੀ ਇਹ ਹੈਗੀ ਐ ਇਸੇ ਨੂੰ ਹੀ ਸੈਂਟਰਲ ਯੂਨੀਵਰਸਿਟੀ ਬਣਾ ਦਿੰਨੇ ਆ ਤਾਂ ਉਦੋਂ ਵੀ ਪੰਜਾਬ ਨੇ ਇਹਦਾ ਵਿਰੋਧ ਕੀਤਾ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ ਦੇਖੋ ਪੰਜਾਬ ਦਾ ਇਹਦੇ ਨਾਲ ਇੱਕ ਇਮੋਸ਼ਨਲ ਲਗਾਓ ਵੀ ਹੈ ਇਸ ਯੂਨੀਵਰਸਿਟੀ ਨਾਲ ਇਸ ਕਰਕੇ ਪੰਜਾਬ ਦਾ ਕਿ ਸੁਬੇ ਦੇ ਨਾਂ ਤੇ ਇੱਕੋ ਇੱਕ ਯੂਨੀਵਰਸਿਟੀ ਹੈ ਤੇ ਉਹ ਤੁਸੀਂ ਅਗਰ ਲੈ ਲੋਗੇ ਤਾਂ ਫਿਰ ਮਤਲਬ ਪੰਜਾਬ ਨੂੰ ਪੰਜਾਬ ਕੋਲੇ ਕੁਝ ਬਚਦਾ ਨਹੀਂ ਹੈ ਤਾਂ ਇਹ ਜਿਹੜੀ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਹੋਰ ਤੱਕੇ ਹੋਏ ਨੇ ਉਹਨਾਂ ਚ ਇੱਕ ਤੱਕਾ ਇਹ ਵੀ ਸ਼ਾਮਿਲ ਹੈ ਹਾਂ ਵੀ ਰਾਜਤਾਨੀ ਦੀ ਜਦੋਂ ਜਦੋਂ ਮੁਲਾਜ਼ਮਾਂ ਦਾ ਮਸਲਾ ਆਇਆ ਉਸ ਤੋਂ ਬਾਅਦ ਇਹ ਜ਼ਿਆਦਾ ਸ਼ੰਕੇ ਖੜੇ ਹੋ ਗਏ ਜਦੋਂ ਅਸਲ 'ਚ ਮੁਲਾਜ਼ਮਾਂ ਵਾਲਾ ਮੈਨੂੰ ਇਹ ਲੱਗਦਾ ਵੀ ਇੰਨਾ ਇਸ਼ੂ ਨਹੀਂ ਸੀਗਾ ਕਿਉਂਕਿ ਮੁਲਾਜ਼ਮਾ ਮੁਲਾਜ਼ਮ ਵਰਗ ਕੀ ਹੈ ਨਾ ਕਿ ਜਦੋਂ ਛਾਟ ਦੇ ਵਿੱਚ ਅੱਡ ਹੋਏ ਤਾਂ ਉਦੋਂ ਪਹਿਲਾਂ ਉਹਨਾਂ ਨੂੰ ਕੇਂਦਰੀ ਪੈਟਰਨ ਦਿੱਤਾ ਪੰਜਾਬ ਦਾ ਸਕੇਲ ਜ਼ਿਆਦਾ ਸੀ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਇਸ ਦਾ ਪੰਜਾਬ ਦਾ ਸਕੇਲ ਲਵਾਂਗੇ ਹਾਂ ਉਹਨਾਂ ਨੇ ਕਿਹਾ ਠੀਕ ਹੈ ਪੰਜਾਬ ਦਾ ਸਕੇਲ ਲਓ ਤੁਹਾਡੀ ਮਰਜ਼ੀ ਹੈ ਉਹਨੇ ਪੰਜਾਬ ਦਾ ਸਕੇਲ ਦਿੱਤਾ کافی ਟਾਈਮ ਤੱਕ ਪੰਜਾਬ ਦੇ ਸਕੇਲ ਲਾਗੂ ਰਹੇ ਲੇਕਿਨ ਹੌਲੀ 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 ਕਰਦੇ 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 ਕੀ ਹੋਇਆ ਕਿ ਸੈਂਟਰਲ ਸਕੇਲ ਜ਼ਿਆਦਾ ਹੋ ਗਏ ਹੁਣ ਉਹਨੇ ਇਹ ਸ਼ੁਰੂ ਕਰ ਦਿੱਤਾ ਨਹੀਂ ਵੀ ਸੰਤਾ ਸੈਂਟਰਲ ਸਕੇਲ ਦੇ ਤਾ ਹੂੰ ਤਾਂ ਉਹਨੇ ਸੈਂਟਰਲ ਸਕੇਲ ਦੇਤੇ ਉੱਥੇ ਜਸਟ ਜਿਹੜਾ ਐ ਇਸ਼ੂ ਹੈ ਨਾ ਉਹ ਤਾਂ ਸਿਰਫ ਮੁਲਾਜ਼ਮਾਂ ਦੀ ਤਨਖਾਹ ਦਾ ਉੱਥੇ ਲੋਕਾਂ ਨੂੰ ਲੱਗਾ ਕਿ ਉਹ ਹੋ ਗਿਆ ਹੁਣ ਇਹ ਵੀ ਹੋਣਾ ਹਾਂ ਕਿਉਂਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਜਦੋਂ ਅਸੀਂ ਪਿੱਛੇ ਨਹੀਂ ਜਾਂਦੇ ਨਾ ਤਾਂ ਲੋਕਾਂ ਨੂੰ ਇਹ ਪਤਾ ਨਹੀਂ ਚੱਲਦਾ ਵੀ ਅੱਛਾ ਪਹਿਲਾਂ ਵੀ ਸੈਂਟਰਲ ਸੀ ਇਹ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਵੀ ਜਦੋਂ ਇਹ ਥੋੜੀ ਸੀ ਉਹ ਤੋਂ ਸੈਂਟਰਲੀ ਤਾਂ ਬਣਾਇਆ ਸੀਗਾ ਤਾਂ ਲੋਕਾਂ ਨੂੰ ਲੱਗਿਆ ਕਿ ਨਹੀਂ ਇਹ ਹੁਣ ਇਹਨਾਂ ਨੇ ਜਾੜ ਕੇ ਇੱਕ ਸਾਜ਼ਿਸ਼ ਕਰਕੇ ਇਹ ਕਰਤਾ ਵੀ ਸਾਰੇ ਮੁਲਾਜ਼ਮ ਵੀ ਆਪਣੇ ਨਾਲ ਲਾ ਲੈ ਤੇ ਜੇ ਕੱਲ ਨੂੰ ਅਸੀਂ ਸੈਂਟਰਲ ਉਹ ਕਰਾਂਗੇ ਤਾਂ ਫਿਰ ਮੁਲਾਜ਼ਮ ਸਾਡੇ ਨਾਲ ਖੜੇ ਹੋਣਗੇ ਜਿਵੇਂ ਅੱਜ ਚੰਡੀਗੜ੍ਹ ਦੇ ਉੱਤੇ ਖੜੇ ਹੁੰਦੇ ਤੁਸੀਂ ਚੰਡੀਗੜ੍ਹ ਦੀ ਉਹ ਕਰਾਣੇ ਹੋ ਵੀ ਚੰਡੀਕਲਕੀ ਦੇ ਕੋਲ ਜਾਣਾ ਚਾਹੀਦਾ ਪੰਜਾਬ ਕੋਲੇ ਕਿ ਹਰਿਆਣਾ ਕੋਲੇ ਕਿ ਯੂਟੀ ਰਹਿਣਾ ਚਾਹੀਦਾ ਤਾਂ ਸਾਰੇ ਕਹਿੰਗੇ ਨਹੀਂ ਯੂਟੀ ਵਾਲੇ ਉਰੇ ਲੋਕ ਝੂਠੀ ਚਲੇ ਕੇ ਰਾਜੀ ਐਸੇ ਕਰਕੇ ਇਹ ਸੇਮ ਹੀ ਉਹੀ ਦੀ ਉਹੀ ਮੈਥਡੋਲੋਜੀ ਜਿਹੜੀ ਹੈਗੀ ਹੈ ਉਹ ਇੱਥੇ ਅਪਣਾਈ ਜਾ ਰਹੀ ਹੈ ਜਿਹੜੀ ਇੱਥੇ ਦੇ ਮੁਲਾਜ਼ਮਾਂ ਨੂੰ ਆਪਣੇ ਨਾਲ ਲਾ ਲਿਆ ਹੈ ਨਾ ਉਹ ਸਾਰੇ ਕਹਿੰਗੇ ਨਹੀਂ ਜੀ ਅਸੀਂ ਤਾਂ ਇੱਥੇ ਹੀ ਇਹਦਾ ਮਤਲਬ ਹੁਣ ਮੰਨਿਆ ਜਾਵੇ ਕਿ ਉਹ ਸੰਸਦ 'ਚ ਖੜਕੇ ਵੀ ਝੂਠ ਬੋਲ ਰਹੇ ਨੇ ਨਹੀਂ ਨਹੀਂ ਝੂਠ ਨਹੀਂ ਬੋਲ ਰਹੇ ਹੁਣਗੇ ਕਿਉਂਕਿ ਇਹ ਇਸ਼ੂ ਜਿੰਨਾ ਪੋਲੀਟਿਕਲੀ ਫਿਰ ਮਤਲਬ ਚੜਿਆ ਉਹਦੇ ਨਾਲ ਫਿਰ ਬੀਜੇਪੀ ਨੂੰ ਵੀ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਵੀ ਅਸੀਂ ਕਿਤੇ ਅਲੱਗ ਥਲਗ ਨਾ ਪੈ ਜੀ ਅਸੀਂ ਪੰਜਾਬ 'ਚ ਪੈਰ ਲਗਾਉਣ ਨੂੰ ਫਿਰਦੇ ਆ ਹਾਂ ਜਿਵੇਂ ਪੈਰ ਲਗਾਉਣ ਨੂੰ ਫਿਰ ਰਹੇ ਆ ਔਰ ਤੁਸੀਂ ਸਾਰੇ ਇਸ਼ੂਜ਼ ਜਿਹੜੇ ਹੈਗੇ ਨੇ ਉਹ ਸਾਡੇ ਤੋਂ ਉਲਟਾ ਕਰ ਰਹੇ ਹੋ ਤਾਂ ਫਿਰ ਸਾਡੇ ਤਾਂ ਪੈਰ ਹੀ ਨਹੀਂ ਲੱਗਣੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹਦੇ ਤੇ ਜਦੋਂ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਹੋਈ ਸੀਗੀ ਤੁਹਾਨੂੰ ਯਾਦ ਹੋਊਗਾ ਜੈਪੁਰ ਦੇ ਵਿੱਚ ਉਦੋਂ ਵੀ ਭਗਵੰਤ ਮਾਨ ਹੋਰਾਂ ਨੇ ਇਹ ਇਸ਼ੂ ਚੱਕਿਆ ਸੀ ਉੱਥੇ ਤੇ ਅਮਿਤ ਸ਼ਾਹ ਹੋਰਾਂ ਨੇ ਕਿਹਾ ਸੀ ਵੀ ਸਾਡਾ ਕੋਈ ਵਿਚਾਰ ਨਹੀਂ ਹੈ ਉਸੇ ਹੀ ਵਿਚਾਰ ਨੂੰ ਮਤਲਬ ਮੈਨੂੰ ਲੱਗਦਾ ਵੀ ਕੱਲ ਜਿਹੜਾ ਮੈਂਬਰ ਪਾਰਲੀਮੈਂਟ ਨੇ ਉੱਥੇ ਉਠਾਇਆ ਉਹਨੂੰ ਅੱਗੇ ਜਿਹੜਾ ਸਾਡੇ ਮਤਲਬ ਮੰਤਰੀ ਹੈਗੇ ਨੇ ਸੁਭਾਸ਼ ਉਹਨਾਂ ਨੇ ਇਹ ਤੇ ਕਿਹਾ ਵੀ ਨਹੀਂ ਅਸੀਂ ਮਤਲਬ ਇਨੂੰ ਨਹੀਂ ਉਹ ਕਰਕੇ ਦੇਣਾ ਚਾਹੁੰਦੇ ਇਹ ਸੈਂਟਰਲ ਦੀ ਨਹੀਂ ਇੱਥੇ ਦਾ ਹੀ ਰਹੇਗਾ ਸੋ ਸਿਰਫ ਕੀ ਸੱਤਾ ਦੀ ਲਾਲਸਾ ਨੂੰ ਧਿਆਨ ਚ ਰੱਖਦੇ ਆ ਹੋਇਆ ਪੰਜਾਬ ਚ ਰਾਜਨੀਤਿਕ ਖੇਡ ਨਾ ਵਿਗੜ ਜਵੇ ਬੀਜੇਪੀ ਨੇ ਇਹ ਡਰ ਕਾਰਨ ਹੱਥ ਪੇਸ਼ਾਂ ਖਿੱਚੇ ਨੇ ਪਰ ਹੁਣ ਤੱਕ ਇਹੋ ਲੱਗ ਰਿਹਾ ਕਿ ਜਿਹੋ ਜਿਹਾ ਮਾਹੌਲ ਜਵੇਂਦਰ ਪਿੱਤੂ ਨੇ ਵੀ ਦੱਸਿਆ ਕਿ ਉੱਥੇ ਜਿਵੇਂ 22 ਚਾਂਸਲਰ ਵੱਲੋਂ ਇਸ ਢੰਗ ਦੀਆਂ ਵਿਉਂਤਾਂ ਘੜੀਆਂ ਗਈਆਂ ਉਹਦੇ ਵਿੱਚੋਂ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਣ ਦੀ ਤਿਆਰੀ ਤਾਂ ਹੋ ਗਈ ਸੀ ਫਿਲਹਾਲ ਇਸ ਤੋਂ ਹੱਥ ਪਿੱਛੇ ਖਿੱਚਣ ਦਾ ਕਾਰਨ 224 ਜਾਂ 227 ਹੋ ਸਕਦਾ ਪਰ ਇਸ ਦੇ ਉੱਤੇ ਨજર ਸਾਨੀ ਰੱਖਣ ਦੀ ਲੋੜ ਹੈ ਤੇ ਇਸੇ ਲਈ ਅਸੀਂ ਇਸ ਪਹਿਲ ਨੂੰ ਲੈ ਕੇ ਹਾਜ਼ਰੀ ਤੇ ਨਾਲ ਹੀ ਆਯੂਸ਼ਮਨ ਯੋਜਨਾ ਵਾਲਾ ਮਾਮਲਾ ਉਹ ਸਰਕਾਰ ਗੰਭੀਰਤਾ ਨਾਲ ਲਵੇ ਕਿਉਂਕਿ ਪੰਜਾਬ ਦੇ ਹਰ ਵਰਗ ਨਾਲ ਜੁੜਿਆ ਘਟੋ ਘਟ 65 ਤੋਂ 70% ਦੀ ਨਾਲ ਜੁੜਿਆ ਇਹ ਮਾਮਲਾ ਹੈ ਔਰ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ ਨਵੇਂ ਵਿਸ਼ਿਆਂ ਨਾਲ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵੀਜ਼ਾਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ